ਤਤਰੀ ਇਹ ਕਾਲ ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਟੀਵੀ ਤੇ ਮੈਂ ਹਜਜ ਸਿੰਘ ਚਾਹਲ ਅੱਜ ਦੇ ਪੰਜਾਬੀ ਪ੍ਰੈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬੀ ਪ੍ਰੈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਨ੍ਹਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਚਰਚਾ ਛੇੜ ਦਿੱਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਬੁਲੇਟ ਪ੍ਰੂਫ ਸ਼ੀਸ਼ੇ ਦੇ ਵਿੱਚੋਂ ਭਾਸ਼ਣ ਦਿੱਤਾ ਵਿਵਾਦ ਹੋ ਗਿਆ ਹੈ ਇੱਕ ਹੋਰ ਨੌਜਵਾਨ ਨਸ਼ੇ ਦੇ ਕਰਕੇ ਮੌਤ ਦੇ ਮੂੰਹ ਦੇ ਵਿੱਚ ਚਲੇ ਆ ਗਿਆ ਹੈ ਇਸੜੂ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਵੱਡੀ ਸਿਆਸੀ ਕਾਨਫਰੰਸ ਕੀਤੀ ਗਈ ਹੈ ਮੰਦਰ ਦੇ ਵਿੱਚ ਚੋਰੀ ਅਤੇ ਬੇਅਦਬੀ ਨੂੰ ਲੈ ਕੇ ਵਿਵਾਦ ਵੱਧ ਗਿਆ ਹਾਈਵੇ ਜਾਮ ਕਰ ਦਿੱਤਾ ਗਿਆ ਵਿਕਰਮਜੀਠੀਆ ਦੇ ਵੱਲੋਂ 1000 ਕਰੋੜ ਰੁਪਏ ਦੇ ਕਰੀਬ ਦਾ ਖੁੱਲਾਸਾ ਮਾਨ ਸਰਕਾਰ ਦੇ ਬਾਰੇ ਕਰ ਦਿੱਤਾ ਗਿਆ ਮੌਸਮ ਮਾਹਿਰਾਂ ਦੇ ਵੱਲੋਂ ਪੰਜਾਬ ਦੇ ਵਿੱਚ ਅਗਲੇ 3 ਦਿਨਾਂ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕਰ ਦਿੱਤੀ ਗਈ ਹੈ ਤੁਹਾਨੂੰ ਸਾਰੀ ਜਾਣਕਾਰੀ ਦਿਆਂਗੇ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਪ੍ਰਧਾਨ ਮੰਤਰੀ ਤੋਂ ਕਰਦੇ ਹਾਂ 15 ਅਗਸਤ ਵਾਲੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ 11ਵੀਂ ਵਾਰ ਲਾਲ ਕਿਲੇ ਤੇ ਝੰਡਾ ਲਹਿਰਾਇਆ ਗਿਆ ਅਤੇ ਇਸ ਮੌਕੇ ਉਹਨਾਂ ਨੇ ਵਰਤੌਰ ਪ੍ਰਧਾਨ ਮੰਤਰੀ ਦੇਸ਼ ਦੇ ਲੋਕਾਂ ਨੂੰ ਸੰਬੋਧਨ ਦਿੱਤਾ ਕੀਤਾ ਇਸ ਮੌਕੇ ਬੋਲਦਿਆਂ ਕਾਫੀ ਲੰਮਾ ਭਾਸ਼ਣ ਉਹਨਾਂ ਦੇ ਵੱਲੋਂ ਦਿੱਤਾ ਗਿਆ ਪਰ ਸਭ ਤੋਂ ਖਾਸ ਗੱਲ ਉਹਨਾਂ ਦੇ ਭਾਸ਼ਣ ਦੀ ਇਹ ਰਹੀ ਪਹਿਲੀ ਗੱਲ ਤਾਂ ਖਾਸ ਇਹ ਰਹੀ ਕਿ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਮੁਲਕ ਬਣਾ ਦਿੱਤਾ ਜਾਵੇਗਾ ਉਹਨਾਂ ਨੇ ਆਪਣੀ ਵਚਨਬੱਧਤਾ ਇੱਕ ਵਾਰ ਫਿਰ ਤੋਂ ਦੁਹਰਾਈ ਹੈ ਨਰਿੰਦਰ ਮੋਦੀ ਅਤੇ ਭਾਰਤ ਸਰਕਾਰ ਦੇ ਵੱਲੋਂ ਲਗਾਤਾਰ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਹਾਲ ਦੀ ਘੜੀ ਭਾਰਤ ਦੀ ਗਿਣਤੀ ਉਹਨਾਂ ਮੁਲਕਾਂ ਦੇ ਵਿੱਚ ਹੁੰਦੀ ਹੈ ਜਿਹੜੇ ਕਿ ਵਿਕਾਸਸ਼ੀਲ ਦੇਸ਼ ਹਨ ਡਿਵੈਲਪਿੰਗ ਕੰਟਰੀਜ਼ ਹਨ ਜਿਹੜੇ ਅਜੇ ਵਿਕਾਸ ਕਰ ਰਹੇ ਨੇ 2047 ਦੇ ਵਿੱਚ 100 ਸਾਲ ਹੋ ਜਾਣੇ ਨੇ ਭਾਰਤ ਨੂੰ ਆਜ਼ਾਦ ਹੋਇਆ ਅਤੇ ਉਦੋਂ ਇੱਕ ਡਿਵੈਲਪਡ ਵਿਕਸਿਤ ਮੁਲਕ ਬਣ ਜਾਵੇਗਾ ਜੇਕਰ ਇਸੇ ਤਰੀਕੇ ਨਾਲ ਸਾਡੀਆਂ ਸਰਕਾਰਾਂ ਕੰਮ ਕਰਦੀਆਂ ਰਹੀਆਂ ਬੀਜੇਪੀ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਹ ਦਾਵਾ ਇੱਕ ਵਾਰ ਫਿਰ ਤੋਂ ਕਰ ਦਿੱਤਾ ਗਿਆ ਦੂਜੀ ਸਭ ਤੋਂ ਖਾਸ ਗੱਲ ਉਹਨਾਂ ਦੇ ਵੱਲੋਂ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਕੀਤੀ ਗਈ ਹੈ ਭਾਜਪਾ ਨੇ ਇਹ ਵਾਅਦਾ ਚੋਣਾਂ ਤੋਂ ਪਹਿਲਾਂ ਕੀਤਾ ਸੀ ਕਿ ਯੂਨੀਫਾਰਮ ਸਿਵਲ ਕੋਡ ਲਾਗੂ ਕਰ ਦੇਵਾਂਗੇ ਪਰ ਹੁਣ ਉਹਨਾਂ ਨੂੰ ਪੂਰਨ ਬਹੁਮਤ ਨਹੀਂ ਮਿਲੀ ਹੈ ਗੜਜੋੜ ਦੀ ਸਰਕਾਰ ਬਣੀ ਹੈ ਇਸ ਕਰਕੇ ਯੂਸੀਸੀ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਪਾ ਪਾ ਕੁਝ ਨਰਮ ਪੈਂਦੀ ਕੋਈ ਠੰਡੀ ਪੈਂਦੀ ਨਜ਼ਰ ਆ ਰਹੀ ਹੈ ਆਪਣੇ ਭਾਸ਼ਣ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਦੇ ਬਾਰੇ ਚਰਚਾ ਕਰਨ ਦੀ ਗੱਲ ਦੇਸ਼ ਵਾਸੀਆਂ ਦੇ ਵਿੱਚ ਇਸ ਦੀ ਚਰਚਾ ਹੋਣੀ ਚਾਹੀਦੀ ਹੈ ਇਹ ਗੱਲ ਪ੍ਰਧਾਨ ਮੰਤਰੀ ਦੇ ਵੱਲੋਂ ਆਖੀ ਗਈ ਹੈ ਨਰਿੰਦਰ ਮੋਦੀ ਨੇ ਆਖਿਆ ਕਿ ਇਸ ਵੇਲੇ ਕਮਿਨਲ ਸਿਵਲ ਕੋਡ ਚੱਲ ਰਿਹਾ ਹੈ ਸੰਪਰਦਾਇਕ ਸਿਵਲ ਕੋਡ ਭਾਰਤ ਦੇ ਵਿੱਚ ਚੱਲ ਰਿਹਾ ਹੈ ਜਿਸ ਨੂੰ ਕਿ ਹੁਣ ਸੈਕੂਲਰ ਧਰਮ ਨਿਰਪੱਖ ਸਿਵਲ ਕੋਡ ਦੇ ਵਿੱਚ ਤਬਦੀਲ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਇਹ ਭਾਰਤ ਦੀ ਤਲੱਕੀ ਲਈ ਲੋੜੀਂਦਾ ਹੈ ਪੀਐਮ ਮੋਦੀ ਨੇ ਦਾਵਾ ਇਹ ਵੀ ਕੀਤਾ ਕਿ ਯੂਨੀਫਾਰਮ ਸਿਵਲ ਕੋਡ ਦੇ ਬਾਰੇ ਸੁਪਰੀਮ ਕੋਰਟ ਦੇ ਵੱਲੋਂ ਵੀ ਵਾਰ-ਵਾਰ ਚਰਚਾ ਕੀਤੀ ਗਈ ਹੈ ਯੂਨੀਫਾਰਮ ਸਿਵਲ ਕੋਡ ਦਾ ਮਤਲਬ ਕੀ ਹੈ ਇਸ ਦੇ ਬਾਰੇ ਅਸੀਂ ਤੁਹਾਨੂੰ ਦੱਸ ਦਿੰਨੇ ਆ ਬੀਜੇਪੀ ਦਾ ਕਹਿਣਾ ਹੈ ਕਿ ਜਿਹੜੇ ਕਾਨੂੰਨ ਵੱਖਰੋ-ਵੱਖਰੇ ਧਰਮਾਂ ਨੂੰ ਲੈ ਕੇ ਵੱਖਰੋ-ਵੱਖਰੇ ਤਰੀਕਿਆਂ ਦੇ ਨਾਲ ਲਾਗੂ ਹੁੰਦੇ ਨੇ ਉਹ ਨਹੀਂ ਹੋਣੇ ਚਾਹੀਦੇ ਇੱਕ ਕਾਨੂੰਨ ਭਾਰਤ ਦੇ ਵਿੱਚ ਬਣੇ ਸਾਰਿਆਂ ਤੇ ਉਹੀ ਲਾਗੂ ਹੋ ਜਾਣਾ ਚਾਹੀਦਾ ਹੈ ਯੂਨੀਫਾਰਮ ਭਾਵ ਇੱਕਸਾਰ ਸਿਵਲ ਕੋਡ ਸਿਵਲ ਕੋਡ ਦਾ ਮਤਲਬ ਹੈ ਨਾਗਰਿਕਾਂ ਦੇ ਰਹਿਣ ਸਹਿਣ ਦਾ ਤਰੀਕਾ ਉਹਨਾਂ ਤੇ ਕਾਨੂੰਨ ਲਾਗੂ ਹੋਣ ਦਾ ਤਰੀਕਾ ਇੱਕਸਾਰ ਹੋਣਾ ਚਾਹੀਦਾ ਹੈ ਭਾਜਪੀ ਦੇ ਵੱਲੋਂ ਇਹ ਦਾਵਾ ਕੀਤਾ ਜਾਂਦਾ ਹੈ ਉਦਾਹਰਣ ਦੇ ਤੌਰ ਤੇ ਜੇਕਰ ਵਿਆਹ ਦੀ ਗੱਲ ਕੀਤੀ ਜਾਵੇ ਤਾਂ ਵੱਖੋ ਵੱਖਰੇ ਧਰਮਾਂ ਦੇ ਲਈ ਵੱਖੋ ਵੱਖਰੇ ਵਿਆਹ ਦੇ ਕਾਨੂੰਨ ਬੜੇ ਹੋਏ ਨੇ ਜਿਵੇਂ ਕਿ ਹਿੰਦੂ ਮੈਰਿਜ ਐਕਟ ਆਨੰਦ ਮੈਰਿਜ ਐਕਟ ਮੁਸਲਮਾਨਾਂ ਨੂੰ ਵੀ ਇੱਕ ਤੋਂ ਵੱਧ ਵਿਆਹ ਕਰਾਉਣ ਦੀ ਇਜਾਜ਼ਤ ਆ ਮਿਲੀ ਹੋਈ ਐ ਅਜਿਹੇ ਕਾਨੂੰਨ ਜੋ ਵੱਖੋ ਵੱਖਰੇ ਤਰ੍ਹਾਂ ਮਾਤੇ ਵੱਖੋ ਵੱਖਰੇ ਤਰੀਕੇ ਨਾਲ ਲਾਗੂ ਹੁੰਦੇ ਨੇ ਭਾਜਪੀ ਆਖਦੀ ਐ ਕਿ ਜਿੱਥੇ ਨਹੀਂ ਹੋਣਾ ਚਾਹੀਦਾ ਇੱਕ ਮੁਲਕ ਇੱਕ ਕਾਨੂੰਨ ਹੋਣਾ ਚਾਹੀਦਾ ਏ ਜਿਹੜੇ ਯੂਨੀਫਾਰਮ ਸਿਵਲ ਕੋਡ ਦੇ ਵਿਰੋਧੀ ਨੇ ਉਹ ਆਖਦੇ ਨੇ ਸਾਡਾ ਦੇਸ਼ ਵਿਭਿੰਨਤਾਵਾਂ ਵਾਲਾ ਦੇਸ਼ ਹੈ ਇਸ ਦੇ ਵਿੱਚ ਵੱਖ-ਵੱਖ ਧਰਮਾਂ ਜਾਤੀਆਂ ਦੇ ਲੋਕ ਰਹਿੰਦੇ ਨੇ ਇਸ ਕਰਕੇ ਇਸ ਨੂੰ ਯੂਨੀਫਾਰਮ ਸਿਵਲ ਕੋਡ ਦੀ ਬਿਲਕੁਲ ਲੋੜ ਨਹੀਂ ਹੈ ਇਹ ਤੱਕਾ ਕਰਨਾ ਹੋ ਜਾਵੇਗਾ ਜੇਕਰ ਇੱਕੋ ਇੱਕ ਕਾਨੂੰਨ ਸਾਰੇ ਧਰਮਾਂ ਤੇ ਥੋਪ ਦਿੱਤਾ ਜਾਵੇਗਾ ਅਜਿਹਾ ਨਹੀਂ ਹੋਣਾ ਚਾਹੀਦਾ ਪਰ ਭਾਜਪੀ ਦੇ ਵੱਲੋਂ ਲਗਾਤਾਰ ਇਸ ਅਜੰਡੇ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਅਤੇ ਹੁਣ ਆਜ਼ਾਦੀ ਦਿਵਸ ਦੇ ਭਾਸ਼ਣ ਦੇ ਵਿੱਚ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਯੂਸੀਸੀ ਨੂੰ ਸ਼ਾਮਲ ਕਰ ਲਿਆ ਗਿਆ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ 15 ਅਗਸਤ ਵਾਲੇ ਦਿਨ ਜਲੰਧਰ ਦੇ ਵਿੱਚ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਪਰ ਸਭ ਤੋਂ ਜ਼ਿਆਦਾ ਚਰਚਾ ਉਹਨਾਂ ਦੇ ਬੁਲੇਟ ਪ੍ਰੂਫ ਸ਼ੀਸ਼ੇ ਦੀ ਰਹੀ ਉਹਨਾਂ ਨੇ ਇੱਕ ਨਵਾਂ ਇਤਿਹਾਸ ਹੀ ਰਚ ਦਿੱਤਾ ਏ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਬੁਲੇਟ ਪ੍ਰੂਫ ਸ਼ੀਸ਼ੇ ਦੇ ਵਿੱਚ ਭਾਸ਼ਣ ਦਿੱਤਾ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਭਾਸ਼ਣ ਦਿੱਤਾ ਉਹਨਾਂ ਨੇ ਬੁਲੇਟ ਪ੍ਰੂਫ ਸ਼ੀਸ਼ੇ ਦੀ ਵਰਤੋਂ ਨਹੀਂ ਕੀਤੀ ਪ੍ਰਧਾਨ ਮੰਤਰੀ ਨੇ ਨਹੀਂ ਬੁਲੇਟ ਪ੍ਰੂਫ ਸ਼ੀਸ਼ਾ ਲਾਇਆ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਲਾ ਦਿੱਤਾ ਜਿਸ ਤੋਂ ਬਾਅਦ ਵਿਵਾਦ ਹੋ ਗਿਆ ਹੈ ਜਲੰਧਰ ਕੈਂਡ ਤੋਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਆਖਦੇ ਨੇ ਏ ਕੀ ਕੀਤਾ ਮੁੱਖ ਮੰਤਰੀ ਨੇ ਏ ਕੀ ਕੀਤਾ ਇੱਕ ਪਾਸੇ ਤਾਂ ਆਖਦੇ ਨੇ ਕਾਨੂੰਨ ਵਿਵਸਥਾ ਬਿਲਕੁਲ ਠੀਕ ਹੈ ਪੰਜਾਬ ਦੀ ਦੂਜੇ ਪਾਸੇ ਬੁਲੇਟ ਪ੍ਰੂਫ ਸ਼ੀਸ਼ਾ ਲਾ ਕੇ ਆਪ ਭਾਸ਼ਣ ਦਿੰਦੇ ਨੇ 15 ਅਗਸਤ ਦੇ ਸਰਕਾਰੀ ਸਮਾਗਮ ਤੇ ਕੀ ਦੱਸਣਾ ਚਾਹੁੰਦੇ ਨੇ ਮੁੱਖ ਮੰਤਰੀ ਕਿ ਕੀ ਪੰਜਾਬ ਅਨੁਰੱਖਿਆਤ ਹੈ ਕੀ ਪੰਜਾਬ ਸੁਰੱਖਿਆਤ ਹੈ ਨਹੀਂ ਹੈ ਬੁਲੇਟ ਪ੍ਰੂਫ ਹੈ ਸ਼ੀਸ਼ੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਭਾਸ਼ਣ ਕਿਉਂ ਦਿੱਤਾ ਗਿਆ ਹੈ ਸੋਸ਼ਲ ਮੀਡੀਆ ਤੇ ਇਹ ਫੋਟੋ ਇਹ ਭਾਸ਼ਣ ਮੁੱਖ ਮੰਤਰੀ ਦਾ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਕਿਉਂਕਿ ਸੁਰੱਖਿਆ ਨੂੰ ਲੈ ਕੇ ਭਗਵੰਤ ਮਾਨ ਦੂਜਿਆਂ ਦਾ ਮਜ਼ਾਕ ਉਡਾਉਂਦੇ ਹੁੰਦੇ ਸੀ ਜਦੋਂ ਤੱਕ ਮੁੱਖ ਮੰਤਰੀ ਨਹੀਂ ਬਣੇ ਸਨ ਕਿ ਜੇਕਰ ਲੀਡਰਾਂ ਨੂੰ ਇੰਨਾ ਹੀ ਡਰ ਲੱਗਦਾ ਹੈ ਇਹ ਕੰਮ ਛੱਡ ਕਿਉਂ ਨਹੀਂ ਦਿੰਦੇ ਮੁਰਗੀ ਖਾਨਾ ਕਿਉਂ ਨਹੀਂ ਖੋਲ੍ਹ ਲੈਂਦੇ ਅਤੇ ਹੁਣ ਭਗਵੰਤ ਮਾਨ ਦੀਆਂ ਹੀ ਪੁਰਾਣੀਆਂ ਟੀਚਰਾਂ ਨੂੰ ਉਹਨਾਂ ਦਾ ਹੀ ਹਵਾਲਾ ਦੇ ਕੇ ਉਹਨਾਂ ਨੂੰ ਹੀ ਹਥਿਆਰ ਬਣਾ ਕੇ ਵਿਰੋਧੀਆਂ ਦੇ ਵੱਲੋਂ ਭਗਵੰਤ ਮਾਨ ਨੂੰ ਵੀ ਹੁਣ ਟਿਚਰਾ ਕਰਨ ਦਾ ਕੰਮ ਕੀਤਾ ਜਾਂਦਾ ਏ ਕਿ ਹੁਣ ਭਗਵੰਤ ਮਾਨ ਨੂੰ ਵੀ ਜੇਕਰ ਇੰਨਾ ਡਰ ਲੱਗਦਾ ਏ ਕਿ ਬੁਲੇਟ ਪ੍ਰੂਫ ਸ਼ੀਸ਼ੇ ਦੀ ਵਰਤੋਂ ਕਰਨੀ ਪੈ ਗਈ ਏ ਤਾਂ ਉਹਨਾਂ ਨੂੰ ਵੀ ਲੀਡਰੀ ਛੱਡ ਦੇਣੀ ਚਾਹੀਦੀ ਏ ਉਹਨਾਂ ਨੂੰ ਵੀ ਮੁਰਗੀ ਖਾਨਾ ਖੋਲ ਲੈਣਾ ਚਾਹੀਦਾ ਏ ਸੋਸ਼ਲ ਮੀਡੀਆ ਤੇ ਭਗਵੰਤ ਮਾਨ ਦਾ ਮਜ਼ਾਕ ਉਡਾਉਣ ਦਾ ਕੰਮ ਲੋਕਾਂ ਦੇ ਵੱਲੋਂ ਅਤੇ ਵਿਰੋਧੀਆਂ ਦੇ ਵੱਲੋਂ ਕੀਤਾ ਗਿਆ ਏ 15 ਅਗਸਤ 2023 ਦੇ ਭਾਸ਼ਣ ਦੇ ਵਿੱਚ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ 15 ਅਗਸਤ 2024 ਤੱਕ ਮੈਂ ਪੰਜਾਬ ਦੇ ਵਿੱਚੋਂ ਨਸ਼ੇ ਦਾ ਨਾਮੋ ਨਿਸ਼ਾਨਾ ਖਤਮ ਕਰ ਦੇਵਾਂਗਾ ਨਸ਼ੇ ਦਾ ਕਲੰਕ ਧੋ ਦੇਵਾਂਗਾ ਪਰ 2024 ਦੀ 15 ਅਗਸਤ ਆਉਂਦਿਆਂ ਆਉਂਦਿਆਂ ਨਸ਼ੇ ਦਾ ਫਸਾਰਾ ਹੋਰ ਵੱਧ ਗਿਆ ਪਰ ਭਗਵੰਤ ਮਾਨ ਦੇ ਵੱਲੋਂ ਆਪਣੇ ਭਾਸ਼ਣ ਦੇ ਵਿੱਚ ਨਸ਼ਿਆਂ ਦਾ ਜ਼ਿਕਰ ਜ਼ਰੂਰ ਕੀਤਾ ਗਿਆ ਏ ਉਹਨਾਂ ਨੇ ਇਹ ਤਾਂ ਨਹੀਂ ਆਖਿਆ ਕਿ ਪੰਜਾਬ ਮੈਂ ਨਸ਼ਾ ਮੁਕਤ ਕਰ ਦਿੱਤਾ ਹੈ ਪਰ ਉਹਨਾਂ ਨੇ ਇਹ ਜ਼ਰੂਰ ਆਖਿਆ ਕਿ ਜ਼ੀਰੋ ਟੋਲਰੈਂਸ ਨੀਤੀ ਪਾਵ ਬਿਲਕੁਲ ਅਸੀਂ برداشت ਨਹੀਂ ਕਰ ਰਹੇ ਨਸ਼ੇ ਨੂੰ ਪੰਜਾਬ ਦੇ ਵਿੱਚ ਉਹਨਾਂ ਨੇ ਗਿਣਤੀ ਵੀ ਦੱਸੀ ਕਿ ਕਿੰਨੀਆਂ ਐਫਆਈਆਰਾਂ ਕੀਤੀਆਂ ਗਈਆਂ ਕਿੰਨੇ ਨਸ਼ਾ ਤਸਕਰ ਫੜੇ ਗਏ ਕਿੰਨੇ ਕਿਲੋਗ੍ਰਾਮ ਨਸ਼ਾ ਫੜਿਆ ਗਿਆ ਕਿਹੜਾ ਕਿਹੜਾ ਨਸ਼ਾ ਫੜਿਆ ਗਿਆ ਸਾਰੀ ਜਾਣਕਾਰੀ ਇਸ ਭਾਸ਼ਣ ਦੇ ਵਿੱਚ ਭਗਵੰਤ ਮਾਨ ਦੇ ਵੱਲੋਂ ਦਿੱਤੀ ਗਈ ਕਹਿਣ ਦਾ ਮਤਲਬ ਉਹਨਾਂ ਦਾ ਇਹ ਸੀ ਕਿ ਮੈਂ ਜੋ ਪਿਛਲੇ ਸਾਲ ਵਾਅਦਾ ਕੀਤਾ ਸੀ ਉਸ ਨੂੰ ਮੈਂ ਪੂਰਾ ਕਰ ਰਿਹਾ ਹਾਂ ਨਸ਼ੇ ਨੂੰ ਮੈਂ ਪੰਜਾਬ ਦੇ ਵਿੱਚੋਂ ਖਤਮ ਕਰ ਰਿਹਾ ਭਗਵੰਤ ਮਾਨ ਨੇ ਆਪਣੇ ਭਾਸ਼ਣ ਦੇ ਜ਼ਰੀਏ ਲੋਕਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਆ ਕੀਤੀ ਹੈ ਅਗੇ ਵਾਦੇ ਆ ਇੱਕ ਪਾਸੇ ਭਗਵੰਤ ਮਾਣਾ ਜਲੰਧਰ ਦੇ ਇਹ ਸਰਕਾਰੀ ਸਮਾਗਮ ਦੇ ਵਿੱਚ ਇਹ ਦਾਵਾ ਕਰ ਰਹੇ ਸਨ ਕਿ ਮੈਂ ਨਸ਼ੇ ਨੂੰ ਖਤਮ ਕਰ ਰਿਆ ਹਾਂ ਨਸ਼ਾ ਮੁਕਤ ਰੰਗਲਾ ਪੰਜਾਬ ਬਣਾ ਰਿਹਾ ਹਾਂ ਉਧਰ ਦੂਜੇ ਪਾਸੇ 15 ਅਗਸਤ ਵਾਲੇ ਦਿਨੀ ਅੰਮ੍ਰਿਤਸਰ ਦੇ ਅਜਨਾਲਾ ਦੇ ਆਈਟੀਆਈ ਰੋਡ ਤੋਂ ਇੱਕ ਸੂਏ ਦੇ ਕੰਢਿਓ ਇੱਕ ਮ੍ਰਿਤਕ ਦੇ ਬ੍ਰਾਹਮਣ ਦੀ ਕੀਤੀ ਗਈ ਖਬਰ ਸਾਹਮਣੇ ਆ ਗਈ ਮ੍ਰਿਤਕ ਦੇ ਇੱਕ ਨੌਜਵਾਨ ਦੀ ਮਿਲੀ ਜਿਸ ਦੀ ਬਾਹ ਦੇ ਵਿੱਚ ਨਸ਼ੇ ਦਾ ਟੀਕਾ ਲੱਗਾ ਹੋਇਆ ਸੀ ਨੇੜੇ ਹੀ ਉਸ ਦਾ ਸਕੂਟਰ ਵੀ ਖੜਾ ਸੀ ਸੂਏ ਦੇ ਕੰਢੇ ਇਹ ਮ੍ਰਿਤਕ ਦੇ ਪਈ ਸੀ ਜਿਸ ਤੋਂ ਬਾਅਦ ਸਾਹ ਪਤਾ ਲੱਗ ਰਿਹਾ ਸੀ ਕਿ ਨਸ਼ੇ ਦਾ ਟੀਕਾ ਜਾਂ ਤਾਂ ਜ਼ਿਆਦਾ ਨਸ਼ਾ ਕਰ ਲਿਆ ਹੈ ਜਾਂ ਫਿਰ ਟੀਕਾ ਹੀ ਗਲਤ ਲੱਗ ਗਿਆ ਹੈ ਨਸ਼ੇ ਦੇ ਕਰਕੇ ਮੌਤ ਹੋਣ ਦੀ ਪੂਰੀ ਪੂਰੀ ਸੰਭਾਵਨਾ ਤਸਵੀਰਾਂ ਦੇ ਮੁਤਾਬਿਕ ਵਿਖਾਈ ਦੇ ਰਹੀ ਸੀ ਪੁਲਿਸ ਤੋਂ ਜਦੋਂ ਪੁੱਛਿਆ ਗਿਆ ਐਸਐਚਓ ਅਵਤਾਰ ਸਿੰਘ ਪਹੁੰਚੇ ਸਨ ਉਹਨਾਂ ਨੇ ਆਖਿਆ ਸਾਨੂੰ ਇਤਲਾਹ ਮਿਲੀ ਕਿ ਇੰਜ ਇੱਥੇ ਇੱਕ লাশ ਪਈ ਐ ਸੀ ਮੌਕੇ ਤੇ ਪਹੁੰਚੇ ਉਹਨਾਂ ਤੋਂ ਪੁੱਛਿਆ ਗਿਆ ਮੌਤ ਕਿਵੇਂ ਹੋਈ ਐ ਉਹਨਾਂ ਨੇ ਆਖਿਆ ਅਜੇ ਪਤਾ ਨਹੀਂ ਐ ਪੋਸਟਮਾਰਟਮ ਹੋਵੇਗਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਪੁਲਿਸ ਇਹ ਬਿਲਕੁਲ ਨਹੀਂ ਮੰਨਦੀ ਐ ਕਿ ਇਸ ਦੀ ਬਾਹ ਦੇ ਵਿੱਚ ਨਸ਼ੇ ਦਾ ਟੀਕਾ ਲੱਗਾ ਪਿਆ ਸੀ ਜਾਪਦਾ ਇੰਜ ਐ ਕਿ ਨਸ਼ੇ ਨਾਲ ਮੌਤ ਹੋਈ ਐ ਪੁਲਿਸ ਇਹ ਵੀ ਗੱਲ ਨਹੀਂ ਆਖਦੀ ਉਹਨਾਂ ਸਾਖ ਦਿੰਦੀ ਹੈ ਕਿ ਪੋਸਟਮਾਰਟਮ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮੌਤ ਕਿਸ ਕਾਰਨ ਦੇ ਕਰਕੇ ਹੋਈ ਹੈ ਅਤੇ ਇਸ ਹਾਲਾਤ ਦੇ ਵਿੱਚ ਵੀ ਐਸਐਚਓ ਦੇ ਵੱਲੋਂ ਇਹੀ ਬਿਆਨ ਦਿੱਤਾ ਗਿਆ ਕਿ ਅਜੇ ਸਾਨੂੰ ਮੌਤ ਦਾ ਕਾਰਨ ਪਤਾ ਨਹੀਂ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਸੁਤੰਤਰਤਾ ਦਿਵਸ ਵਾਲੇ ਦਿਨ ਆਜ਼ਾਦੀ ਦਿਹਾੜੇ ਵਾਲੇ ਦਿਨ ਆਮ ਆਦਮੀ ਪਾਰਟੀ ਨੂੰ ਕਿਰਕਰੀ ਦਾ ਸਾਹਮਣਾ ਕਰਨਾ ਪੈ ਗਿਆ ਉਹ ਕਿਉਂ ਦੀਨਾ ਨਗਰ ਹਲਕੇ ਦੇ ਆਪ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੇ ਵੱਲੋਂ ਦੀਨਾ ਨਗਰ ਹਲਕੇ ਦੇ ਵਿੱਚ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾ ਰਹੀ ਸੀ ਪਰ ਜਿਸ ਨੂੰ ਹੋਸਟ ਬਣਾਇਆ ਗਿਆ ਸੀ ਜਿਸ ਦੇ ਵੱਲੋਂ ਸਟੇਜ ਸੰਭੀ ਜਾ ਰਹੀ ਸੀ ਉਸ ਦੇ ਵੱਲੋਂ ਰਾਸ਼ਟਰੀ ਗੀਤ ਹੀ ਗਲਤ ਗਾ ਦਿੱਤਾ ਗਿਆ ਗਲਤ ਅਤੇ ਅਧੂਰਾ ਰਾਸ਼ਟਰੀ ਗੀਤ ਹੀ ਉਸ ਦੇ ਵੱਲੋਂ ਗਾ ਦਿੱਤਾ ਗਿਆ ਆਪ ਆਗੂ ਜਿਸ ਨੇ ਗਲਤ ਗਾਇਆ ਹੈ ਰਾਸ਼ਟਰੀ ਗੀਤ ਉਸ ਦਾ ਨਾਮ ਪਰਮਿੰਦਰ ਸਿੰਘ ਬਿੱਟੂ ਦੱਸਿਆ ਜਾ ਰਿਹਾ ਹੈ ਇੱਕ ਤਾਂ ਉਸ ਨੇ ਗਲਤ ਗਾਇਆ ਅਤੇ ਇੱਕ ਵਿੱਚ ਇਹ ਅਧੂਰਾ ਰਾਸ਼ਟਰੀ ਗੀਤ ਛੱਡ ਦਿੱਤਾ ਅਤੇ ਉਸ ਨੂੰ ਕਿਸੇ ਦੇ ਵੱਲੋਂ ਰੋਕਿਆ ਵੀ ਨਹੀਂ ਗਿਆ ਸੋਸ਼ਲ ਮੀਡੀਆ ਤੇ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਆਮ ਆਦਮੀ ਪਾਰਟੀ ਨੂੰ ਵੱਡੀ ਕਿਰਕਰੀ ਦਾ ਸਾਹਮਣਾ ਇਸ ਮੌਕੇ ਕਰਨਾ ਪੈ ਗਿਆ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਵੀਰਵਾਰ ਵਾਲੇ ਦਿਨ ਇੱਕ ਪਾਸੇ ਜਿੱਥੇ ਲੀਡਰਾਂ ਦੇ ਵੱਲੋਂ ਝੰਡਾ ਲਹਿਰਾਉਣ ਦੀਆਂ ਰਸਮਾਂ ਅਦਾ ਕੀਤੀਆਂ ਜਾ ਰਹੀਆਂ ਸਨ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਉਧਰ ਦੂਜੇ ਪਾਸੇ ਕਿਸਾਨ ਟਰੈਕਟਰ ਲੈ ਕੇ ਸੜਕਾਂ ਤੇ ਉਤਰੇ ਹੋਏ ਸਨ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੀਤੇ ਗਏ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰੈਕਟਰ ਹਰ ਇੱਕ ਮਾਰਚ ਦੇ ਵਿੱਚ ਸ਼ਾਮਲ ਹੋਏ ਮੁੱਖ ਮੰਗ ਕਿਸਾਨਾਂ ਦੇ ਵੱਲੋਂ ਇਹਨਾਂ ਮਾਰਚਾਂ ਦੀ ਉਹੀ ਰੱਖੀ ਗਈ ਜਿਸ ਨੂੰ ਲੈ ਕੇ ਹਰਿਆਣਾ ਦੇ ਬਾਡਰਾਂ ਤੇ ਅੰਦੋਲਨ ਚੱਲ ਰਿਹਾ ਹੈ ਘਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਮਿਲਣੀ ਚਾਹੀਦੀ ਹੈ ਅੰਮ੍ਰਿਤਸਰ ਦੇ ਵਿੱਚ ਵਾਗਾ ਬਾਡਰ ਤੋਂ ਲੈ ਕੇ ਅੰਮ੍ਰਿਤਸਰ ਤੱਕ ਪੂਰੀ ਤਰ੍ਹਾਂ ਇਹ ਇੱਕ ਵੱਡਾ ਟਰੈਕਟਰ ਮਾਰਚ ਕਿਸਾਨਾਂ ਦੇ ਵੱਲੋਂ ਕੱਢਿਆ ਗਿਆ ਅਤੇ ਅਜਿਹੀਆਂ ਹੀ ਤਸਵੀਰਾਂ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਤੋਂ ਵੀ ਵੇਖਣ ਨੂੰ ਮਿਲੀਆਂ ਕਿਸਾਨਾਂ ਦੇ ਵੱਲੋਂ ਲਗਾਤਾਰ ਕੇਂਦਰ ਸਰਕਾਰ ਨੂੰ ਇਹ ਚੇਤਾਵਨੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਜੇਕਰ ਇੱਕ ਥਾਂ ਤੇ ਮੋਰਚਾ ਲਾ ਕੇ ਬੈਠੇ ਆ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਚੁੱਪ ਬੈਠੇ ਹੋਏ ਆ ਸਾਡੀਆਂ ਮੰਗਾਂ ਕੇਂਦਰ ਸਰਕਾਰ ਨੂੰ ਮੰਨ ਲੈਣੀਆਂ ਚਾਹੀਦੀਆਂ ਨੇ ਕਿਸਾਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਇਹ ਹੁੰਕਾਰ ਭਰੀ ਗਈ ਹੈ ਅਗਲੀ ਖਬਰ ਦੇ ਵੱਲ ਵਧਦੇ ਆ ਸ਼ਹੀਦ ਕਰਨੈਲ ਸਿੰਘ ਈਸੜੂ ਉਹਨਾਂ ਦੇ ਸ਼ਹੀਦੀ ਦਿਵਸ ਤੇ ਖੰਡਾਂ ਦੇ ਵਿੱਚ ਉਹਨਾਂ ਦੇ ਪਿੰਡ ਈਸੜੂ ਦੇ ਵਿੱਚ ਦੋ ਕਾਨਫਰੰਸਾਂ ਹੋਈਆਂ ਨੇ ਇਕਤਾ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਉਹਨਾਂ ਨੇ ਆਖਿਆ ਸਿਰਫ ਸ਼ਹੀਦੀ ਦਿਹਾੜਿਆਂ ਦੇ ਮੌਕੇ ਹੀ ਸਾਨੂੰ ਸ਼ਹੀਦਾਂ ਨੂੰ ਯਾਦ ਨਹੀਂ ਕਰਨਾ ਚਾਹੀਦਾ ਉਹਨਾਂ ਵੀ ਯਾਦ ਕਰਦੇ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀਆਂ ਕੁਰਬਾਨੀਆਂ ਦੇ ਕਰਕੇ ਹੀ ਅਸੀਂ ਅੱਜ ਆਜ਼ਾਦ ਹਾਂ ਭਗਵੰਤ ਮਾਨ ਦੇ ਵੱਲੋਂ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਅਕਾਲੀ ਦਲ ਦੇ ਵੱਲੋਂ ਵੀ ਈਸੜੂ ਕਾਨਫਰੰਸਾਂ ਕੀਤੀ ਗਈ ਹੈ ਪਰ ਜਿਸ ਤਰੀਕੇ ਦੀ ਕਾਨਫਰੰਸ ਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੀਤੀ ਜਾਂਦੀ ਹੁੰਦੀ ਹੈ ਅਜਿਹੀ ਨਹੀਂ ਕੀਤੀ ਗਈ ਇੱਕ ਛੱਤ ਦੇ ਹੇਠਾਂ ਇਨਡੋਰ ਰੈਲੀ ਕੀਤੀ ਗਈ ਇੱਕ ਸਿਆਸੀ ਪ੍ਰੋਗਰਾਮ ਛੋਟਾ ਜਿਹਾ ਕਰ ਦਿੱਤਾ ਗਿਆ ਅਕਾਲੀ ਦਲ ਦੇ ਵੱਲੋਂ ਜਿਸ ਨੂੰ ਵੱਡੀ ਸਿਆਸੀ ਕਾਨਫਰੰਸ ਦਾ ਨਾਂ ਆਪੇ ਹੀ ਅਕਾਲੀ ਦਲ ਦੇ ਵੱਲੋਂ ਦੇ ਦਿੱਤਾ ਗਿਆ ਵੈਸੇ ਇਸੜੂ ਕਾਨਫਰੰਸ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਵੱਡਾ ਪੰਡਾਲ ਲਾਇਆ ਜਾਂਦਾ ਹੈ ਖੁੱਲੇ ਮੈਦਾਨ ਦੇ ਵਿੱਚ ਅਤੇ ਉੱਥੇ ਇੱਕ ਵੱਡਾ ਇਕੱਠ ਕਰਕੇ ਰੈਲੀ ਕੀਤੀ ਜਾਂਦੀ ਹੈ ਪਰ ਇਸ ਵਾਰ ਅਜੇ ਹਾਂ ਕੁਝ ਵੀ ਵੇਖਣ ਨੂੰ ਨਾ ਮਿਲਿਆ ਇੱਕ ਛੱਤ ਦੇ ਹੇਠਾਂ ਛੋਟਾ ਜਿਹਾ ਇਕੱਠ ਅਕਾਲੀ ਦਲ ਦੇ ਵੱਲੋਂ ਕੀਤਾ ਗਿਆ ਅਕਾਲੀ ਲੀਡਰਸ਼ਿਪ ਪਹੁੰਚੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਵੀ ਪਹੁੰਚੇ ਉਹਨਾਂ ਨੇ ਆਖਿਆ ਸ਼ਹੀਦਾਂ ਦੇ ਵੱਲੋਂ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਗਈ ਹੈ ਸ਼ਹੀਦਾਂ ਨੇ ਸਾਡੇ ਗੁਰੂ ਗੁਰਦੁਆਰੇ ਆਜ਼ਾਦ ਕਰਵਾਏ ਸਨ ਪਰ ਹੁਣ ਉਹਨਾਂ ਗੁਰਦੁਆਰਿਆਂ ਤੇ ਆਰਐਸਐਸ ਦੇ ਵੱਲੋਂ ਕਬਜ਼ਾ ਕੀਤਾ ਜਾ ਰਿਹਾ ਹੈ ਅਤੇ ਗੱਦਾਰ ਵੀ ਸਾਡੇ ਵਿੱਚੋਂ ਹੀ ਹਨ ਕੋਜ ਗਦਾਰ ਲੋਕ ਸਿਕਿਉਰਿਟੀਆਂ ਲੈਣ ਦੇ ਕਰਕੇ ਕੁਰਸੀਆਂ ਲੈਣ ਦੇ ਕਰਕੇ ਚੇਅਰਮੈਨੀਆਂ ਲੈਣ ਦੇ ਕਰਕੇ ਸਿੱਖ ਕੌਮ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਗਦਾਰੀ ਕਰ ਰਹੇ ਨੇ ਸੁਖਬੀਰ ਬਾਦਲ ਦੇ ਵੱਲੋਂ ਇਹ ਤਿੱਖਾ ਵਾਰ ਕੀਤਾ ਗਿਆ ਅਕਾਲੀ ਦਲ ਦੇ ਵੱਲੋਂ ਕੀਤੇ ਗਏ ਕੰਮਾਂ ਦਾ ਜ਼ਿਕਰ ਇੱਕ ਵਾਰ ਫਿਰ ਤੋਂ ਸੁਖਬੀਰ ਬਾਦਲ ਨੇ ਕਰ ਦਿੱਤਾ ਉਹ ਹਰ ਵਾਰ ਜ਼ਿਕਰ ਕਰਦੇ ਨੇ ਸੁਖਬੀਰ ਬਾਦਲ ਤਾਂ ਦਾਵਾ ਇਹ ਤੋਂ ਤੱਕ ਕਰ ਦਿੰਦੇ ਨੇ ਕਿ ਪੰਜਾਬ ਦੀ ਜਿਹੜੀ ਵੀ ਦਿਸਦੀ ਚੀਜ਼ ਹੈ ਵਿਖਾਈ ਦਿੰਦੀ ਹੈ ਜਿਹੜੀ ਕੋਸਤੇ ਹੱਥ ਰੱਖ ਕੇ Google ਤੇ ਸਰਚ ਮਾਰ ਕੇ ਵੇਖ ਲਿਓ ਇਹ ਕਿਸ ਨੇ ਬਣਾਈ ਹੈ ਜਵਾਬ ਆਵੇਗਾ ਅਕਾਲੀ ਦਲ ਨੇ ਬਣਾਈ ਹੈ ਭਾਵੇਂ ਉਹ ਸੜਕਾਂ ਹੋਣ ਭਾਵੇਂ ਉਹ ਥਰਮਲ ਪਲਾਂਟ ਹੋਣ ਭਾਵੇਂ ਉਹ ਹਵਾਈ ਅੱਡੇ ਹੋਣ ਭਾਵੇਂ ਯਾਦਗਾਰਾਂ ਹੋਣ ਭਾਵੇਂ ਕੋਈ ਨਵਾਂ ਪ੍ਰੋਜੈਕਟ ਹੋਵੇ ਪੰਜਾਬ ਦੇ ਵਿੱਚ ਸਾਰਾ ਹੀ ਪਹਿਲਾ ਉਸ ਨੂੰ ਵੇਖ ਲਿਓ ਫਿਰ ਗੂਗਲ ਤੇ ਸਰਚ ਕਰਿਓ ਬਣਾਇਆ ਕਿਸ ਨੇ ਕਿਸ ਦੇ ਸਮੇਂ ਬਣਿਆ ਅਕਾਲੀ ਸਰਕਾਰ ਦੇ ਸਮੇਂ ਹੀ ਉਹ ਹਰ ਚੀਜ਼ ਬਣੀ ਹੋਵੇਗੀ ਹਾਲਾਂਕਿ ਕਾਂਗਰਸ ਨੇ ਵੀ ਸਰਕਾਰਾਂ ਹੰਡਾਈਆਂ ਨੇ ਆਪਦੀ ਸਰਕਾਰ ਵੀ ਅੱਧੀ ਲੰਘ ਗਈ ਹੈ ਪਰ ਜੋ ਵੀ ਤੁਹਾਨੂੰ ਦਿ세ਗਾ ਉਹ ਅਸੀਂ ਹੀ ਬਣਾਇਆ ਹੈ ਅਕਾਲੀਆਂ ਨੇ ਹੀ ਬਣਾਇਆ ਹੈ ਸੁਖਬੀਰ ਬਾਦਲ ਇੱਕ ਵਾਰ ਫਿਰ ਤੋਂ ਈਸੜੂ ਕਾਨਫਰੰਸ ਦੇ ਵਿੱਚ ਵੀ ਅਜਿਹੇ ਦਾਅਵੇ ਕਰਦੇ ਨਜ਼ਰ ਆਏ ਨੇ ਅੱਗੇ ਵਧਦੇ ਆ ਅਕਾਲੀ ਆਗੂ ਵਿਕਰਮ ਮੰਜੀਟਿਆ ਦੇ ਵੱਲੋਂ ਇੱਕ ਵੱਡਾ ਖੁਲਾਸਾ ਕਰ ਦਿੱਤਾ ਗਿਆ ਹੈ ਪੰਜਾਬ ਦੇ ਪੈਸੇ ਨੂੰ ਲੈ ਕੇ ਉਹਨਾਂ ਨੇ ਫੇਸਬੁੱਕ ਪੇਜ ਤੇ ਇੱਕ ਪੋਸਟ ਪਾਈ ਜਿਸ ਦੇ ਵਿੱਚ ਮੰਜੀਟਿਆ ਨੇ ਆਖਿਆ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਹੋਮੇ ਦੇ ਕਰਕੇ ਕੇਂਦਰ ਸਰਕਾਰ ਨੇ ਪੰਜਾਬ ਸੂਬੇ ਦਾ 933 ਕਰੋੜ ਰੁਪਇਆ ਰੋਕ ਲਿਆ ਹੈ ਕਿਹੜੀ ਹੋਮੇ ਕਿਹੜੀ ਹੋਮੇ ਦੀ ਗੱਲ ਕੀਤੀ ਹੈ ਮੰਜੀਟਿਆ ਨੇ ਹੋਮੇ ਆਮ ਆਦਮੀ ਕਲੀਨਿਕ ਕੌਮੀ ਸਿਹਤ ਮਿਸ਼ਨ ਦਾ ਜੋ ਪੈਸਾ ਕੇਂਦਰ ਨੇ ਰੋਕਿਆ ਏ ਉਸ ਦਾ ਜ਼ਿਕਰ ਕੀਤਾ ਏ ਮਜੀਠੀਆ ਨੇ ਕਿਉਂਕਿ ਭਗਵੰਤ ਮਾਨ ਨੇ ਇੱਕ ਤਾਂ ਆਪਣੀ ਪਾਰਟੀ ਦਾ ਨਾਮ ਰੱਖਿਆ ਕਲੀਨਿਕਾਂ ਦਾ ਆਮ ਆਦਮੀ ਕਲੀਨਿਕ ਅਤੇ ਦੂਜਾ ਹਰ ਇੱਕ ਕਲੀਨਿਕ ਤੇ ਆਪਣੀ ਫੋਟੋ ਵੀ ਲਾ ਦਿੰਦੀ ਹੈ ਮਜੀਠੀਆ ਆਖਦੇ ਨੇ ਕੇਂਦਰ ਸਰਕਾਰ ਦੇ ਨਾਲ ਕੀਤੇ ਗਏ ਸਮਝੌਤੇ ਦੇ ਮੁਤਾਬਿਕ ਅਜਿਹਾ ਕੁਝ ਨਹੀਂ ਕੀਤਾ ਜਾਣਾ ਚਾਹੀਦਾ ਜੇਕਰ ਕੇਂਦਰ ਦੇ ਕੋਲੋਂ ਪੈਸੇ ਲੈਣੇ ਨੇ ਪਰ ਇਹ ਆਪਣੀ ਹਉਮੈ ਨੂੰ ਪੱਠੇ ਪਾ ਕੇ ਪੰਜਾਬ ਦਾ ਨੁਕਸਾਨ ਕਰਵਾ ਰਹੇ ਨੇ ਕਿ ਅਸੀਂ ਆਪਣੀ ਪਾਰਟੀ ਦਾ ਨਾਂ ਨਹੀਂ ਢਾਉਣਾ ਆਮ ਆਦਮੀ ਕਲੀਨਿਕ ਹੀ ਨਾਮ ਰੱਖਣਾ ਅਤੇ ਫੋਟੋਆਂ ਵੀ ਨਹੀਂ ਲਾਉਣੀਆਂ ਆਪਣੀ ਹਉਮੈ ਦੇ ਕਰਕੇ ਇਹ ਦੋਵੇਂ ਬੰਦੇ ਪੰਜਾਬ ਦਾ ਹਜ਼ਾਰਾਂ ਕਰੋੜ ਦਾ ਨੁਕਸਾਨ ਕਰਵਾ ਰਹੇ ਨੇ ਕੋਈ ਗੱਲ ਨਹੀਂ ਹੁਣ ਨਾ ਜਵਾਬ ਦੇਣਗੇ ਇੱਕ ਨਾ ਇੱਕ ਦਿਨ ਤਾਂ ਜਵਾਬ ਇਹਨਾਂ ਨੂੰ ਦੇਣਾ ਹੀ ਪੈਣਾ ਹੈ ਅਜਿਹੀਆਂ ਚੇਤਾਵਨੀਆਂ ਲਗਾਤਾਰ ਵਿਕਰਮ ਮਜੀਠੀਆ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਨੂੰ ਦਿੱਤੀਆਂ ਜਾ ਰਹੀਆਂ ਨੇ ਅੱਗੇ ਵਧਦੇ ਹਾਂ ਖੰਨਾ ਤੋਂ ਇੱਕ ਖਬਰ ਸਾਹਮਣੇ ਆਈ ਕਿ ਸ਼ਿਵਪੁਰੀ ਮੰਦਿਰ ਦੇ ਵਿੱਚ ਇੱਕ ਤਾਂ ਚੋਰੀ ਹੋਈ ਹੈ ਅਤੇ ਦੂਜਾ ਸ਼ਿਵਲਿੰਗ ਦੀ ਬੇਅਦਬੀ ਵੀ ਹੋਈ ਹੈ ਜਿਸ ਤੋਂ ਬਾਅਦ ਸੰਗਤਾਂ ਦੇ ਵਿੱਚ ਸ਼ਰਧਾਲੂਆਂ ਦੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲਿਆ ਅਤੇ ਸ਼ਰਧਾਲੂਆਂ ਦੇ ਵੱਲੋਂ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਅਤੇ 5 ਘੰਟਿਆਂ ਤੱਕ ਹਾਈਵੇ ਨੂੰ ਜਾਮ ਰੱਖਿਆ ਗਿਆ ਬੜੀ ਮਿਹਨਤ ਮੁਸ਼ਕਲ ਦੇ ਨਾਲ ਪੁਲਿਸ ਦੇ ਵੱਲੋਂ ਸੰਗਤ ਨਾਲ ਗੱਲਬਾਤ ਕਰਕੇ ਹਾਈਵੇ ਨੂੰ ਖੜਵਾਇਆ ਗਿਆ ਲੁਧਿਆਣਾ ਤੋਂ ਸੰਸਦ ਮੈਂਬਰ ਨੇ ਰਾਜਾ ਵੜਿੰਗ ਉਹ ਪਹੁੰਚੇ ਇਸ ਧਰਨੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹ ਵੀ ਪਹੁੰਚੇ ਇਸ ਧਰਨੇ ਦੇ ਵਿੱਚ ਇਹਨਾਂ ਦੋਵਾਂ ਆਗੂਆਂ ਨੇ ਪੰਜਾਬ ਸਰਕਾਰ ਨੂੰ ਕੋਸਿਆ ਹੈ ਉਹ ਆਖਦੇ ਨੇ ਜਦੋਂ ਦੀ ਇਹ ਸਰਕਾਰ ਆਈ ਹੈ ਬੇਅਦਬੀਆਂ ਬਹੁਤ ਹੋ ਰਹੀਆਂ ਨੇ ਕੋਈ ਵੀ ਧਰਮ ਨਹੀਂ ਬਚਿਆ ਜਿਸ ਦੀ ਬੇਅਦਬੀ ਨਾ ਹੋਈ ਹੋਵੇ ਪਹਿਲਾਂ ਇਹਨਾਂ ਨੇ ਮੁੱਦੇ ਬਣਾਏ ਬੇਅਦਬੀਆਂ ਦੇ ਸੱਤਾ ਦੇ ਵਿੱਚ ਆ ਕੇ ਉਨ੍ਹਾਂ ਮੁੱਦਿਆਂ ਨੂੰ ਇਹ ਭੁੱਲ ਗਏ ਹਨ ਰਾਜਾ ਬਣੇਗਾ ਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮਾਨ ਸਰਕਾਰ ਨੂੰ ਇਸ ਮੁੱਦੇ ਤੇ ਨਿਸ਼ਾਨੇ ਤੇ ਲਿਆ ਗਿਆ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਪੰਚਾਇਤੀ ਚੋਣਾਂ ਦਾ ਮਸਲਾ ਹਾਈ ਕੋਰਟ ਪਹੁੰਚਿਆ ਤਾਂ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਆਖਿਆ ਸਤੰਬਰ ਚ ਚੋਣਾਂ ਕਰਵਾ ਦੇਾਂਗੇ ਹਾਈ ਕੋਰਟ ਨੇ ਪਟੀਸ਼ਨਰ ਨੂੰ ਆਖਿਆ ਜਵਾਬ ਮਿਲ ਗਿਆ ਹੈ ਪੰਜਾਬ ਸਰਕਾਰ ਤੋਂ ਜੇਕਰ ਇਹ ਸਤੰਬਰ ਚੋਣਾਂ ਨਾ ਕਰਵਾਉਣਗੇ ਤਾਂ ਤੁਸੀਂ ਦੁਬਾਰਾ ਪਟੀਸ਼ਨ ਪਾ ਸਕਦੇ ਹੋ ਪਰ ਹੁਣ ਟ੍ਰਿਬਿਊਨ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਮੁਤਾਬਿਕ ਮੁੱਖ ਮੰਤਰੀ ਭਗਵੰਤ ਮਾਨ ਨੇ ਗੈਰ ਰਸਮੀ ਤੌਰ ਤੇ ਇਹ ਫੈਸਲਾ ਲੈ ਲਿਆ ਹੈ ਕਿ ਨਵੰਬਰ ਦੇ ਪਹਿਲੇ ਹਫਤੇ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਹੋਰ ਅੱਗੇ ਪਾ ਦਿੱਤੀਆਂ ਨੇ ਪੰਚਾਇਤੀ ਚੋਣਾਂ ਸਾਲ ਪਹਿਲਾਂ ਹੀ ਉਹ ਚੱਲਿਆ ਪੰਚਾਇਤਾਂ ਭੰਗ ਹੋਆਂ ਨੂੰ ਅਤੇ ਨਵੰਬਰ ਤੱਕ ਪੰਚਾਇਤੀ ਚੋਣਾਂ ਲਮਕਾਈਆਂ ਜਾ ਸਕਦੀਆਂ ਨੇ ਮੁੱਖ ਮੰਤਰੀ ਮਾਨ ਦੇ ਵੱਲੋਂ ਇਸ ਦੇ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਲੋਕਾਂ ਨੂੰ ਖੁਸ਼ ਕਰ ਲਈਏ ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਦੇ ਲਈ ਫੰਡ ਜਾਰੀ ਕਰ ਲਈਏ ਕਿਉਂਕਿ ਇਹ ਸਰਕਾਰ ਫੰਡ ਨਹੀਂ ਜਾਰੀ ਕਰ ਰਹੀ ਹੈ ਗ੍ਰਾਂਟਾਂ ਜਾਰੀ ਨਹੀਂ ਕਰ ਰਹੀ ਹੈ ਹੁਣ ਰਿਪੋਰਟਾਂ ਦਾਵਾ ਕਰਦੀਆਂ ਨੇ ਕਿ ਸਭ ਤੋਂ ਪਹਿਲਾਂ ਸਰਕਾਰ ਦੇ ਵੱਲੋਂ ਪਿੰਡਾਂ ਦੇ ਲਈ ਵਿਕਾਸ ਲਈ ਫੰਡ ਦਿੱਤੇ ਜਾਣਗੇ ਪਿੰਡਾਂ ਦੇ ਲੋਕਾਂ ਨੂੰ ਖੁਸ਼ ਕੀਤਾ ਜਾਵੇਗਾ ਸ਼ਹਿਰਾਂ ਦੇ ਵਿੱਚ ਵੀ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਨੇ ਉੱਥੇ ਵੀ ਵਿਕਾਸ ਲਈ ਫੰਡ ਜਾਰੀ ਕੀਤੇ ਜਾਣਗੇ ਲੋਕਾਂ ਨੂੰ ਖੁਸ਼ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਹੀ ਇਹ ਚੋਣਾਂ ਕਰਵਾਈਆਂ ਜਾਣਗੀਆਂ ਹੁਣ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ ਖੁਸ਼ ਕਰਨ ਦੇ ਵਿੱਚ ਕਾਮਯਾਬ ਹੋ ਪਾਉਂਦੀ ਹੈ ਜਾਂ ਫਿਰ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਅੱਗੇ ਵਧਦੇ ਆਂ ਸਾਉਣ ਦੇ ਮਹੀਨੇ ਦੇ ਵਿੱਚ ਵੀ ਲੋਕਾਂ ਨੂੰ ਲਗਾਤਾਰ ਹੰਮਸਪਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਤੇ ਕਿਤੇ ਛਿੱਟਾ ਛਰਾਟਾ ਪੈ ਜਾਂਦਾ ਹੈ ਪਰ ਉਸ ਦੇ ਬਾਵਜੂਦ ਫਿਰ ਤੋਂ ਹੰਮਸਪਰੀ ਗਰਮੀ ਦਾ ਸਾਹਮਣਾ ਲੋਕ ਕਰ ਰਹੇ ਨੇ ਹੁਣ ਮੌਸਮ ਮਾਹਿਰਾਂ ਦੇ ਵੱਲੋਂ 16 17 ਅਤੇ 18 ਅਗਸਤ ਵਾਲੇ ਦਿਨ ਪੂਰੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕਰ ਦਿੱਤੀ ਗਈ ਹੈ ਖਾਸ ਤੌਰ ਤੇ 16 ਅਤੇ 17 ਅਗਸਤ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਇਹ ਮੀਂਹ ਦਰਮਿਆਨਾ ਹੋ ਸਕਦਾ ਹੈ ਅਤੇ ਕਈ ਇਲਾਕਿਆਂ ਦੇ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਵੀ ਪੈ ਸਕਦਾ ਹੈ ਸਿਰਫ ਪੰਜਾਬ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਮੀਂਹ ਪੈਣਗੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਲੈਂਦਾ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਜਿਹੜੇ ਪੰਜਾਬ ਦੇ ਨਾਲ ਲੱਗਦੇ ਇਲਾਕੇ ਹਨ ਉਹਨਾਂ ਦੇ ਵਿੱਚ ਵੀ ਇਹਨਾਂ ਦਿਨਾਂ 'ਚ ਮੀਂਹ ਪੈ ਸਕਦਾ ਹੈ ਨਦੀਆਂ ਨਾਲੇ ਅਤੇ ਚੋੜ ਚੜ੍ਹ ਕੇ ਚੱਲਣਗੇ ਅਜੀਬ ਭਵਿੱਖਬਾਣੀ ਮਾਹਿਰਾਂ ਨੇ ਕੀਤੀ ਹੈ ਮਾਲਵੇ ਦੇ ਔੜ ਮਾਰੇ ਇਲਾਕੇ ਜਿਹੜੇ ਉਡੀਕ ਰਹੇ ਸਨ ਕਿ ਸਾਡੇ ਵੀ ਜਰਾ ਚੰਗਾ ਮੀਂਹ ਪੈ ਜਾਵੇ ਜਿਵੇਂ ਕਿ ਮਾਨਸਾ ਬਠਿੰਡਾ ਫਰੀਦਕੋਟ ਮਰੇਲ ਕੋਟਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਇਹਨਾਂ ਤਿੰਨ ਦਿਨਾਂ ਦੌਰਾਨ ਮੀਂਹ ਪੈ ਸਕਦਾ ਹੈ ਦਰਮਿਆਨੇ ਤੋਂ ਭਾਰੀ ਮੌਸਮ ਮਾਹਿਰਾਂ ਦੇ ਵੱਲੋਂ ਇਹ ਸੰਭਾਵਨਾ ਪ੍ਰਗਟ ਕੀਤੀ ਗਈ ਹੈ ਇਸਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ ਇਹਨਾਂ ਖਬਰਾਂ ਵਿੱਚ ਚੁੱਕ ਸੀ ਖਬਰ ਬਾਰੇ ਸਾਡੇ ਸ਼ੋਅ ਪੰਜਾਬੀ ਪ੍ਰਾਈਮ ਟਾਈਮ ਬਾਰੇ ਤੁਹਾਡੀ ਕੋਈ ਵੀ رائے ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁਕ ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹ ਲਗਲੀ ਵਾਰ ਫੇਰਾ ਦਰੂਵਾਂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ